ਪਠਾਨਕੋਟ ਦੇ ਮਮੂਨ ਕੈਂਟ ਥਾਣੇ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਹਿਮਾਚਲ ਵਾਲੇ ਪਾਸੇ ਤੋਂ ਪੰਜਾਬ 'ਚ ਦਾਖਲ ਹੋਣ ਵਾਲੇ ਵਿਅਕਤੀਆਂ ਕੋਲ ਭਾਰੀ ਮਾਤਰਾ 'ਚ ਜਾਲੀ ਕਰੰਸੀ ਹੈ ਜਿਸ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਫੜੇ ਜਾ ਸਕਦੇ ਹਨ ਜਿਸ ਦੇ ਆਧਾਰ 'ਤੇ ਥਾਣਾ ਮਮੂਨ ਛੋਣੀ ਦੀ ਪੁਲਿਸ ਨੇ ਜਦੋਂ ਦੋ ਵੱਖ ਵੱਖ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਹਨਾਂ ਕੋਲੋਂ ਕਰੀਬ 70 ਲੱਖ ਦੀ ਜਾਲੀ ਨਕਦੀ ਬਰਾਮਦ ਹੋਈ ਇਹਨਾਂ ਕੋਲ ਚਿਲਡਰਨ ਬੈਂਕ ਆਫ ਇੰਡੀਆ ਬਰਾਮਦ ਕੀਤਾ ਗਿਆ ਇਸ ਗਰੋਹ 'ਚ ਕੁੱਲ 4 ਲੋਕ ਸ਼ਾਮਲ ਸਨ ਜਿਨ੍ਹਾਂ 'ਚੋਂ ਇੱਕ ਔਰਤ ਵੀ ਇਹਨਾਂ ਦੇ ਨਾਲ ਸੀ ਇਹਨਾਂ ਕੋਲ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਫਿਲਹਾਲ ਪੁਲਿਸ ਨੇ ਇਹਨਾਂ 4 ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਨੂੰ ਇੱਕ ਮੁਖਬਰੀ ਮਿਲੀ ਸੀਗੀ ਕਿ 2 ਕਾਰਾਂ ਜਿਹੜੀ ਹੈ ਧਾਰ ਵਾਲੀ ਸਾਈਡ ਤੋਂ ਮਮੋਨ ਵਾਲੀ ਸਾਈਡ ਨੂੰ ਆ ਰਹੀ ਹੈ ਜਿਸ ਵਿੱਚ ਕੋਈ ਬੰਦੇ ਹੈਗੇ 2-4 ਜਿਹੜੇ ਕਿ ਪੁਰਾਣੇ ਨੋਟ ਜਿਹੜੇ ਡੀਮੋਨੀਟਾਈਜੇਸ਼ਨ ਮਿਲੇ ਜਿਹੜੇ ਬੰਦ ਕਰ ਦਿੱਤੇ ਸੀਗੇ ਉਹਨਾਂ ਨੋਟਾਂ ਨੂੰ ਜਿਹੜਾ ਚੇਂਜ ਕਰਕੇ ਅਤੇ ਨਵੀਂ ਕਰੰਸੀ ਉਹਨਾਂ ਦੇ ਬਦਲੇ ਦਿੰਦੇ ਸੀਗੇ ਪਰ ਜਿਹੜੀ ਕਰੰਸੀ ਸੀਗੀ ਉਹ ਉਸ ਵਿੱਚ ਵੀ ਕਹਿੰਦੇ ਪੁਰਾਣੇ ਨੋਟ ਯੂਜ਼ ਕਰਦੇ ਆ ਜਿਸ ਤਹਿਤ ਆਪਾਂ ਨਾਕਾ ਲਗਾਇਆ ਸੀ ਸਾਡੀ ਪੁਲਿਸ ਪਾਰਟੀ ਥਾਣਾ ਮਮੂਨ ਕੈਂਟ ਨੇ ਅਤੇ ਜਿਸ ਵਿੱਚ 2 ਕਾਰਾਂ ਦੇ ਨੰਬਰ ਸਾਨੂੰ ਪਤਾ ਸੀਗੇ ਕਿ ਜਿਹੜੀ ਮੁਖਬਰੀ ਦੀ ਇਤਲਾਹ ਸੀਗੀ ਉਸ ਵਿੱਚ ਜਿਹੜਾ ਜਦੋਂ ਗੱਡੀ ਦੀ ਸਰਚ ਆਪਾਂ ਕੀਤੀ ਹੈ ਗੱਡੀ ਸਰਚ ਵਿੱਚੋਂ ਸਾਡੇ ਕੋਲ ਇੱਕ ਗੱਡੀ ਵਿੱਚੋਂ 70 ਲੱਖ ਰੁਪਇਆ ਅਤੇ ਇੱਕ ਜੈਂਟਸ ਅਤੇ ਇੱਕ ਲੇਡੀ ਸੀਗੀ ਜਿਹੜੇ ਕਿ 70 ਲੱਖ ਸੀਗੇ ਉਸ ਵਿੱਚ 70 ਲੱਖ ਵਿੱਚ ਇੱਦਾਂ ਸੀਗਾ ਕਿ ਜਿਹੜੇ ਉੱਪਰਲਾ ਨੋਟ ਅਤੇ ਜਿਹੜਾ ਸਭ ਤੋਂ ਐਂਡ ਵਾਲਾ ਨੋਟ ਸੀਗਾ ਉਹ ਓਰੀਜਨਲ ਸੀਗਾ ਅਤੇ ਜਿਹੜੇ ਵਿਚਕਾਰ ਨੋਟ ਸੀਗੇ ਉਹ ਸਾਰੇ ਡੁਪਲੀਕੇਟ ਸੀਗੇ ਜਿਹੜੇ ਚਿਲਡਰਨ ਬੈਂਕ ਆਫ ਇੰਡੀਆ ਦੇ ਸੀਗੇ ਅਤੇ ਜਿਹੜੀ ਦੂਜੀ ਗੱਡੀ ਆਪਾਂ ਰਿਕਵਰ ਕੀਤੀ ਆ ਉਸਦੀ ਵੀ ਤਲਾਸ਼ੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਜਿਸ ਵਿੱਚ ਸਾਡੇ ਕੋਲ 20 ਲੱਖ ਰੁਪਇਆ ਉਹਦੇ ਵਿੱਚ ਵੀ ਰਿਕਵਰ ਹੋਇਆ ਉਹਦਾ ਵੀ ਸੇਮ ਇੱਦਾਂ ਹੀ ਸੀਗਾ ਕਿ ਜਿਹੜਾ ਉੱਪਰਲਾ ਨੋਟ ਅਤੇ ਐਂਡ ਵਾਲਾ ਨੋਟ ਓਰੀਜਨਲ ਸੀ ਵਿਚਕਾਰ ਨੋਟ ਜਿਹੜੇ ਚਿਲਡਰਨ ਬੈਂਕ ਆਫ ਇੰਡੀਆ ਦੇ ਸੀਗੇ ਇਹਨਾਂ ਦੀ ਮੇਨ ਇੰਟੈਂਸ਼ਨ ਸੀਗੀ ਕਿ ਜਿਹੜੇ ਪੁਰਾਣੇ ਨੋਟ ਬਦਲ ਕੇ ਆਪਾਂ ਨਵੇਂ ਨੋਟ ਕੁਛ ਪਰਸੈਂਟੇਜ 'ਤੇ ਦੇਈਏ ਅਤੇ ਇਸ ਤਰੀਕੇ ਨਾਲ ਇਹ ਲੋਕਾਂ ਨਾਲ ਜਿਹੜਾ ਫਰੋਡ ਕਰਦੇ ਸੀਗੇ ਅਤੇ ਜਿਸ ਵਿੱਚ ਟੋਟਲ 4 ਪਰਸਨ ਸੀਗੇ ਅਜੇ ਕੁਮਾਰ ਸੀਗਾ ਸਰਬਜੀਤ ਕੌਰ ਹੈ ਅਜੇ ਕੁਮਾਰ ਜਿਹੜਾ ਸਿਰਸਾ ਦਾ ਹੈ ਅਤੇ ਸਰਬਜੀਤ ਕੌਰ ਹੈ ਮੋਹਾਲੀ ਦੇ ਅਤੇ ਜਿਹੜੀ ਦੂਸਰੀ ਕਾਰ ਹੈ ਉਸ ਵਿੱਚ ਸੀਗਾ ਕੁਲਦੀਪ ਸਿੰਘ ਜਿਹੜਾ ਕੈਥਲ ਹਰਿਆਣਾ ਦਾ ਰਹਿਣ ਵਾਲਾ ਅਤੇ ਦੂਸਰਾ ਪਰਸਨ ਸੀਗਾ ਰਵਿੰਦਰ ਕੁਮਾਰ ਜਿਹੜਾ ਤਰਨ ਤਰਨ ਦਾ ਰਹਿਣ ਵਾਲਾ ਹੈ ਇਹਦੇ 'ਚ ਮੁਕੱਦਮਾ ਨੰਬਰ 56/12/6/22 ਨੂੰ ਦਰਜ ਕੀਤਾ 420 ਅਤੇ 511 IPC ਦੇ ਤਹਿਤ ਨਹੀਂ ਇਹਨਾਂ ਦਾ ਮੇਨ ਹੈ ਕਿ ਪੁਰਾਣੀ ਕਰੰਸੀ ਇਹਨਾਂ ਨੇ ਕਿਸੇ ਕੋਲੋਂ ਲੈਣੀ ਸੀਗੀ ਅਤੇ ਚੇਂਜ ਕਰਕੇ ਨਵੀਂ ਦੇਣੀ ਸੀਗੀ ਇਹ ਉਸ ਕੋਸ਼ਿਸ਼ ਵਿੱਚ ਸੀਗੇ ਪਰ ਇਹਨਾਂ ਦਾ ਜਿਹੜਾ ਪੁਰਾਣੇ ਆਪਾਂ ਪੁੱਛਗਿੱਛ ਕੀਤੀ ਹੈ ਇਹ ਕਿਸੇ ਬੰਦੇ ਕੋਲ ਇਹਨਾਂ ਨੇ ਲੈਣੀ ਸੀਗੀ ਕਰੰਸੀ ਬਟ ਉਹ ਇਹਨਾਂ ਦਾ ਸਫਲ ਨਹੀਂ ਹੋ ਪਾਇਆ ਦੇਖੋ ਇਨਵੋਲਵਮੈਂਟ ਜਿਹੜੀ ਪੁੱਛਗਿੱਛ ਵਿੱਚ ਸਾਹਮਣੇ ਆਈ ਹੈ ਇਹਨਾਂ ਵਿੱਚ ਇੱਕ ਪਰਸਨ ਹੈਗਾ ਸਾਡੇ ਪਠਾਨਕੋਟ ਲੱਕੀ ਜਿਹੜਾ ਬੰਦਾ ਮਾਧੋਪੁਰ ਸਾਈਡ ਦਾ ਉਹ ਬੰਦੇ ਕੋਲ ਜਿਹੜੀ ਕਰੰਸੀ ਪੁਰਾਣੀ ਹੈ ਜਿਹਨੇ ਚੇਂਜ ਕਰਕੇ ਇਹਨਾਂ ਨੂੰ ਦੇਣੀ ਸੀਗੀ ਅਤੇ ਇਹਨਾਂ ਨੇ ਅੱਗੇ ਜਿਹੜੀ ਚੇਂਜ ਕਰਕੇ ਨਵੀਂ ਕਰੰਸੀ ਦੇਣੀ ਸੀਗੀ ਇਸ ਵਿੱਚ 1-2 ਪਰਸਨਸ ਦਾ ਨਾਮ ਸਾਹਮਣੇ ਆਇਆ ਜਿਹਨੂੰ ਆਪਾਂ ਫਰਦਰ ਰੇਡ ਕਰਕੇ ਅਤੇ ਇਨਵੈਸਟੀਗੇਟ ਕਰਕੇ ਮੈਟਰ ਨੂੰ ਅਤੇ ਸੋਲਵ ਆਊਟ ਕਰਾਂਗੇ ਕਵਲ ਰੰਧਾਵਾ ਦਿਵਿਆ ਪੰਜਾਬ TV ਪਠਾਨਕੋਟ